श्री वाहे गुरु जी प्रगट पहे गुरु तेग बहादर सगल सृष्ट पैटापी चादर कर्म धर्म की जिन पत राखी अटल करी कल युग में साखी। सगल सृष्ट जा का जस भयो जित ते सर्व धर्म बंचयो तीन लोक मह जय जय भई सत गुर पैज राखु मलई। धर्म हेत प्रभ पुरहे सिधाए श्री गुरु गोबिंद सिंह कहलाए। धर्म हेत प्रभ पुरहे सिधाए श्री गुरु गोबिंद सिंह कहलाए। क्या हों कथी कथे कथ देखा मैं कथ न कथ ना जाई जो तुद पावे सोई आखा तिल तेरी वड्याई। कहां बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप ले हो तुम कथा सुधारी। एक अंकारा सतगुरु तेह प्रसाद सच होए वाहे गुरु जी की फतेह है विघ्न विनाशन सोए। एक अंकारा सतगुरु तेह प्रसाद सच होए वाहे गुरु जी की फतेह है विघ्न विनाशन सोए। गुरां दे गुरु पीरां दे पीर सरकारे कुल आलम तख्त ते शुभाए मान राजान राज भान आन भान सतगुरु साहब श्री गुरु ग्रंथ साहब जी महाराज गुरु स्वरूप खालसा जी साहब सतगुरु सच्चे पातशाह जी दे पावन पवित्र दरबार दा सतगुरु सच्चे पातशाह जी दी निघी गोद दा आप सब आनंद माण रहे हो। ते मैं बेनती करा कि साहिब सतगुरु गुरु तेग बहादुर सच्चे पातशाह तिना दी पावन शहीदी नू आपा नमस्कारा करना है। खालसा जी विचारा शुरू करन तो पहला आओ नमस्कार करिए जिस तरह के गुरु कलगी धर पातशाह दा कबियो बाच बेनती चौपाई दे विच फरमान है कि नमस्कार तिस ही को हमारी सकल प्रजा जिने आप सवारी। कि ओ सकाल पुरख वाहिगुरु नू मेरी नमस्कार है जिसने ए सारी कायनात नू साजिया जिसने ए सारी सृष्टि नू साजिया। कहण तो भाव खालसा जी गुरु कलगी धर पातशाह दा बख्शिया फतेह दा नारा बुलंद करिए। ते मेरी बेनती है अपनी सुरत नू अपने ध्यान नू गुरु तेग बहादुर सच्चे पातशाह दे चरणा वल ले जाओ। खालसा जी भाई दयाला जी भाई मती दास जी भाई सती दास जी आरे सिर ते फराले रूह दे विच बन के साड़े गए देगां दे विच उबाले गए पर खालसा जी गुरु वालों बख्शी हुई सिक्ख्या नू उन्हां ने मन दे विचों कढ़िया नहीं। जतन करो अज जो गुरु कलगी धर ने सिक्ख्या देती है कि वाहे गुरु जी को पंथ खालसा सजायो नाथ वाहे गुरु जी की फतेह गाज क्या बुलाई है। कि मैं ए नाथा दा नाथ सरमोर खालसा पंथ साजिया
ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਮੇਰੇ ਦਿਲ ਦੀ ਇੱਕ ਇੱਛਾ ਹੈ। ਮਹਾਰਾਜ ਕੀ? ਕਹਿੰਦੇ ਜਦੋਂ ਗੁਰੂ ਕੇ ਦਰਬਾਰ ਚ ਆਵੇ ਮੇਰਾ ਗੁਰੂ ਕਾ ਸਿੱਖ ਗੱਜ ਕੇ ਫਤਿਹ ਬੁਲਾਵੇ। ਸੋ ਆਓ ਜੀ, ਸਾਹਿਬਾਂ ਨੂੰ ਸੀਸ ਨਵਾਓ, ਦੋਨੋਂ ਹੱਥ ਜੋੜ ਕੇ ਪ੍ਰੇਮ ਸਹਿਤ ਧਿਆਨ ਦੇ ਵਿੱਚ ਸ੍ਰੀ ਆਦਿ ਜੀ ਦਰਬਾਰ, ਸ੍ਰੀ ਦਸਮ ਜੀ ਦਰਬਾਰ, ਸ੍ਰੀ ਸਰਬਲੋਹ ਜੀ ਦਰਬਾਰ ਕਾ ਧਰੋ ਧਿਆਨ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਖਾਲਸਾ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਬਾਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਸ੍ਰੀ ਗੁਰੂ ਸਰਬਲੋਹ ਗ੍ਰੰਥ ਦੇ ਵਿੱਚ ਇੱਕ ਜ਼ਿਕਰ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਉਂਦੇ ਨੇ, ਉਹ ਕਹਿੰਦੇ ਨੇ, ਤੇਗ ਬਹਾਦਰ ਪੁੰਨਿਆ ਸਰੂਪਾ, ਸੱਤ ਸਰੂਪ ਅਖੰਡ ਅਜੈ। ਮਹਾਰਾਜ ਸਰਬਲੋਹ ਗ੍ਰੰਥ ਚ ਲਿਖਦੇ ਨੇ ਕਿ ਭਾਈ ਗੁਰਸਿੱਖੋ, ਗੁਰੂ ਤੇਗ ਬਹਾਦਰ ਉਸ ਪਵਿੱਤਰ ਰੂਹ ਦਾ ਨਾਮ ਹੈ ਜਿਸ ਦਾ ਸਰੂਪ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੇ ਨਾਲ ਰਲਦਾ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕੋਈ ਮਾਮੂਲੀ ਸ਼ਖਸੀਅਤ ਨਹੀਂ, ਜਿਹਨੇ ਆਪਣਾ ਆਪ ਕੁਰਬਾਨ ਕਰ ਦਿੱਤਾ। ਖਾਲਸਾ ਜੀ, ਆਓ ਅੱਜ ਯਤਨ ਕਰੀਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀਆਂ ਜੀਵਨ ਸਾਖੀਆਂ ਤੇ ਵਿਚਾਰ ਕਰਕੇ ਜੀਵਨ ਸਾਖੀ ਦੇ ਵਿੱਚੋਂ ਜੀਵਨ ਸਿੱਖਿਆ ਲਈ, ਕਿਉਂਕਿ ਗੁਰੂ ਦੀ ਜੀਵਨ ਸਾਖੀ ਚੋਂ ਗੁਰਸਿੱਖ ਨੂੰ ਜੀਵਨ ਜਾਚ ਦੀ ਸਿੱਖਿਆ ਮਿਲਦੀ। ਧੰਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਜਨਮ ਹੁੰਦਾ ਤੇ ਬ੍ਰਹਮ ਗਿਆਨੀ ਬ੍ਰਹਮ ਬੇਤੇ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੇ ਨਾਮ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੀ ਚੱਲ ਰਿਹਾ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਲਗਭਗ 115 ਸਾਲ ਦੀ ਹੈ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਨੂਰਾਨੀ ਜੋਤ ਦਾ ਪ੍ਰਕਾਸ਼ ਹੁੰਦਾ ਤੇ ਪਿਆਰ ਵਾਲਿਓ, ਜਦ ਬਾਬਾ ਬੁੱਢਾ ਸਾਹਿਬ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ, ਇੱਕ ਬਚਨ ਕਹਿੰਦੇ ਨੇ ਕਿ ਸੱਚਮੁੱਚ ਸ਼ਾਇਦ ਇਸੇ ਕਰਕੇ ਮੈਨੂੰ ਖੁਦਾ ਨੇ ਪਰਮੇਸ਼ਰ ਨੇ ਇਤਨੀ ਦੀਰਘ ਆਯੂ ਬਖਸ਼ੀ ਸੀ ਕਿ ਮੈਂ ਆਪ ਜੀ ਇਹ ਬੰਦਗੀ ਦੇ ਖਜ਼ਾਨੇ ਦੇ ਮਾਲਕ, ਆਪ ਜੀ ਇਹ ਜਪੀ ਤਪੀ, ਆਪ ਜੀ ਇਹ ਪਰਮੇਸ਼ਰ ਦੇ ਸਰੂਪ ਦੇ ਦਰਸ਼ਨ ਕਰ ਸਕਾਂ। ਇਤਨੇ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਕਹੇ ਤੇ ਬੇਨਤੀ ਕਰਾਂ ਪਿਆਰਿਓ, ਅੱਜ ਉਸੇ ਬ੍ਰਹਮ ਗਿਆਨੀ ਬ੍ਰਹਮ ਬੇਤੇ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਜੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵਿਚਰ ਰਿਹਾ, ਬਾਬਾ ਬੁੱਢਾ ਸਾਹਿਬ ਜੀ ਦੇ ਦਲ ਪੰਥ ਦੇ ਮੌਜੂਦਾ ਜਥੇਦਾਰ ਬਾਬਾ ਬਲਬੀਰ ਸਿੰਘ ਜੀ, ਤਿੰਨਾਂ ਦੇ ਉਦਮ ਦਾ ਸਦਕਾ ਗੁਰਦੁਆਰਾ ਥੜਾ ਸਾਹਿਬ ਸਮਾਣਾ ਵਿਖੇ ਬਾਬਾ ਵਿਸ਼ਵ ਪ੍ਰਤਾਪ ਸਿੰਘ ਹੋਣਾ ਦੇ ਉਦਮ ਦਾ ਸਦਕਾ ਆਪਾਂ ਸਾਰੇ ਇਕੱਤਰਿਤ ਹੋਏ ਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਯਾਦ ਕਰਕੇ ਆਪਣੇ ਜੀਵਨ ਦੇ ਵਿੱਚ ਕ੍ਰਾਂਤੀ ਲਿਆ ਸਕੀਏ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਜਿਨ੍ਹਾਂ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਮਹਾਨ ਕਵੀ ਸੈਨਾਪਤੀ ਜੀ ਨੇ ਇੱਕ ਜ਼ਿਕਰ ਕੀਤਾ। ਉਹ ਲਿਖਦੇ ਨੇ, ਪ੍ਰਗਟ ਭਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲ ਯੁਗ ਮੈਂ ਸਾਖੀ, ਤੀਨ ਲੋਕ ਮਹਿ ਜੈ ਜੈ ਪਈ। ਕਹਿੰਦੇ ਤਿੰਨਾਂ ਲੋਕਾਂ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਜੈ ਜੈਕਾਰ ਹੋ ਰਹੀ ਹੈ। ਤੀਨ ਲੋਕ ਮਹਿ ਜੈ ਜੈ ਪਈ, ਸਤਿਗੁਰ ਪੈਜ ਰਾਖ ਇਮ ਲਈ, ਸਗਲ ਸ੍ਰਿਸ਼ਟ ਜਾ ਕਾ ਜਸ ਭਇਓ, ਜਿਤ ਤੇ ਸਰਬ ਧਰਮ ਬੰਚਿਓ। ਜਿਹਦੀ ਕੁਰਬਾਨੀ ਦਾ ਸਦਕਾ ਅੱਜ ਭਾਰਤ ਦੇ ਲੋਕ ਆਨੰਦਮਈ ਜੀਵਨ ਬਤੀਤ ਕਰ ਰਹੇ ਨੇ। ਗੁਰੂ ਸਰੂਪ ਖਾਲਸਾ ਜੀ, ਉਹ ਲਿਖਦੇ ਨੇ, ਪ੍ਰਗਟ ਭਏ ਗੁਰੂ ਤੇਗ ਬਹਾਦਰ, ਕਿ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਨੂਰਾਨੀ ਜੋਤ ਦਾ ਪ੍ਰਕਾਸ਼ ਹੁੰਦਾ ਤੇ ਜੇਕਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਲੋਕਾਂ ਨੂੰ ਮਾਨਸਿਕ ਪੀੜਾ ਦੇ ਵਿੱਚੋਂ ਲੰਘਦਾ ਵੇਖਦੇ ਨੇ, ਦੁਖਦ ਜੀਵਨ ਬਤੀਤ ਕਰਦਾ ਵੇਖਦੇ ਨੇ, ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦੇ ਉੱਪਰ ਪਰਮੇਸ਼ਰ ਦੇ ਨਾਮ ਦੀ ਚਾਦਰ ਪਾ ਦਿੰਦੇ ਨੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਾਣੀ ਦੇ ਰਾਹੀਂ ਫਰਮਾਨ ਕਰਦੇ ਨੇ, ਸਿੱਖਿਆ ਦਿੰਦੇ ਨੇ, ਸਾਧੋ ਇਹ ਤਨ ਮਿੱਥਿਆ ਜਾਣੋ, ਜਾਂ ਭੀਤਰ ਜੋ ਰਾਮ ਵਸਤ ਹੈ ਸਾਚੋ ਤਾਂ ਇਹ ਪਛਾਣੋ। ਕਿ ਭਾਈ ਗੁਰਸਿੱਖੋ, ਇਸ ਤਨ ਨੂੰ, ਇਸ ਸਰੀਰ ਨੂੰ ਤੇ ਨਾਸਵੰਤ ਜਾਣੋ,
इस हिरदे दे विच जो परमेश्वर जो रमिया होया राम वसदा है कहंदे उस नू पछानो मन तू जोत स्वरूप है अपना मूल पछाण। खालसा जी धन गुरु तेग बहादुर सच्चे पातशाह बेनती करा श्री गुरु ग्रंथ साहिब महाराज जिया की बाणी दे विच सतगुरु सच्चे पातशाह दे 56 श्लोक ते 59 शब्द दर्ज ने। ते धन गुरु तेग बहादुर सच्चे पातशाह जी दे जो कुल शब्द ने ओ कुल 15 रागां दे विच श्री गुरु ग्रंथ साहिब महाराज जिया की बाणी दे विच दर्ज ने। ते बेनती कर रहा सा कि धन गुरु तेग बहादुर सच्चे पातशाह जेकर संसार दे लोकां नू मानसिक पीड़ा दे विचों लंघदा वेखदे ने ते नाम दी चादर पाउंदे ने ते जेकर इस भारत वासियां नू अत्याचार दे विचों लंघदा वेखदे ने अपने तन दी चादर बना के उन्हां दे उपर अपने तन दी चादर पा के उन्हां दे धर्म नू भी बचाउंदे ने अपने तन दी कुरबानी दे के। गुरु स्वरूप खालसा साहिब संगत जी धन गुरु तेग बहादुर सच्चे पातशाह जी दे जीवन दे विच ही बेनती दोबारा दोहरा दें कि धन गुरु तेग बहादुर सच्चे पातशाह जी की बाणी श्री गुरु ग्रंथ साहिब दे विच दर्ज है ते नौवें पातशाह जी दे गुरु ग्रंथ साहिब महाराज जी दे विच कुल 56 श्लोक ते 59 शब्द दर्ज ने। धन गुरु तेग बहादुर सच्चे पातशाह जी की बाणी कुल 15 रागां दे विच दर्ज है। ते बेनती कर रहे हैं सा जेकर संसार दे लोकां नू मानसिक पीड़ा दे विचों लंघदा वेखदे ने बाणी दा पल्ला फड़ाउंदे ने नाम दी निघी चादर पाउंदे ने ते जेकर भारत वस दी बहु बेटियां दी पत नू खतरे दे विच तकदे ने भारत वासियां नू अत्याचारां दे विचों लंघदा वेखदे ने ते अपने तन दी कुरबानी बना के तन दी चादर पा देंदे ने ऐसी कुरबानी करदे ने सतगुरु गुरु तेग बहादुर सच्चे पातशाह। बेनती करा गुरु तेग बहादुर सच्चे पातशाह जी दे जीवन दे विच ही कुछ ऐसियां घटनावां वापरदियां ने जो कि अपने आप च बहुत वड्डा अर्थ रखदियां। खालसा जी 4 साल की उम्र है गुरु तेग बहादुर सच्चे पातशाह जी दी ते वड्डे भराता बाबा गुरदित्ता जी दी बरात चढ़ी है। बरात जंज निकली है ते गुरु तेग बहादुर सच्चे पातशाह 4 साल की आयु दे विच वड्डे भरा दी बरात च शामिल हुंदे पए ने। सर्दी का मौसम है अत सर्दी का मौसम है ते संसार दे लोक पिंडां शहरां दे लोक बाहर सड़कां ते उतरदे ने ते तकदे ने कि किस तरह मीरी पीरी दे मालक गुरु हरगोबिंद साहिब सच्चे पातशाह जी दे वड्डे सपुत्र बाबा गुरदित्ता जी दी बरात निकल रही है ते कहंदे गुरु तेग बहादुर सच्चे पातशाह नू माता नानकी जी ने बहुत ही कीमती पोशाक बहुत ही कीमती वस्त्र तन ते सजाए। गुरु तेग बहादुर पातशाह बरात दे नाल नाल चल रहे ने चलदे चलदे मेरे साहिबां दी नजर सड़क ते खलोते कुछ बच्चियां वल पई। उन्हां बच्चियां दे विच एक बच्चा है जिस दे तन दे उत्ते कोई वस्त्र नहीं जो अलफ नंगा है। गुरु तेग बहादुर सच्चे पातशाह जी दी नजर पई ते ओ बच्चा सर्दी दे ठंड दे कारण कंब रहा है उसका शरीर कंब रहा है दंद ते दंद पए वजदे ने सर्दी दे कारण। गुरु तेग बहादुर सच्चे पातशाह कोल गए कहण लगे वीरिया तेरे तन दे उपर कोई वस्त्र नहीं कि तेरी मां नू तेरा भोरा ख्याल नहीं तेरी मां नू तेरे उत्ते कोई तरस ना आया तेनू कोई भी वस्त्र पहनने लई नहीं दिता। ते अगों उस बच्चे दा जवाब सी कहंदा इस संसार दे उपर दसो हां केड़ी मां है जेड़ी सर्दी दे विच भी अपने बच्चे नू पहनने लई वस्त्र ना दवे। हर मां चाहुंदी है कि मेरे बच्चे नू सोहणी खुराक मिले मेरे बच्चे नू पहनन लई सोहना वस्त्र मिले। वह कहन लगा पर साडे घर ते गरीबी इतनी है रोटी भी नहीं खाण नू नसीब हुंदी मेरे कर्मां च वस्त्र किथे। नौवें पातशाह कोल उस बच्चे दा नंगेज देखिया ना गया प्यारिओ अपने तन दे उत्तों कीमती वस्त्र उतार के उस बच्चे दे तन ते पवाए ते कहा मैनू ते मां होर लै देवेगी तू अपने तन नू इन्हां वस्त्रां दे राही ढकणा कर। बरात अगां नू वधी नौवें पातशाह नू माता नानकी जी पुछण लगे कहंदे लाल जी तुहाडे वस्त्र किथे ने।
ਤੇ ਬੇਨਤੀ ਕਰਾਂ ਨੌਵੇਂ ਪਾਤਸ਼ਾਹ ਕੁਝ ਨਾ ਬੋਲੇ, ਖਾਮੋਸ਼ ਰਹੇ। ਮਾਤਾ ਨੇ ਫਿਰ ਦੁਹਰਾਇਆ, ਲਾਲ ਜੀ ਇਤਨੇ ਕੀਮਤੀ ਵਸਤਰ ਕਿੱਥੇ ਨੇ? ਜਦ ਮਾਤਾ ਦੇ ਇਹ ਬੋਲ ਸੁਣੇ, ਨੌਵੇਂ ਪਾਤਸ਼ਾਹ ਨੇ ਬਚਨ ਕੀਤਾ, ਮਾਂ ਸੱਚ ਜਾਣਿਓ, ਇੱਕ ਬੱਚਾ ਸੀ ਜਿਹਦੇ ਤਨ ਦੇ ਉੱਤੇ ਕੋਈ ਵਸਤਰ ਨਹੀਂ ਸੀ, ਪਰ ਉਹਨਾਂ ਦੇ ਘਰ ਗਰੀਬੀ ਇਤਨੀ ਸੀ ਕਿ ਉਹ ਵਸਤਰ ਖਰੀਦਣ ਦੇ ਯੋਗ ਨਹੀਂ ਸਨ। ਮਾਂ ਮੇਰੇ ਤੋਂ ਉਸ ਬੱਚੇ ਦਾ ਨੰਗੇਜ ਦੇਖਿਆ ਨਾ ਗਿਆ, ਮੈਂ ਆਪਣੇ ਵਸਤਰ ਉਤਾਰ ਕੇ ਦੇ ਦਿੱਤੇ। ਬਚਪਨ ਤੋਂ ਹੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤਿਆਗਤਾ ਦੀ ਭਾਵਨਾ ਰੱਖਦੇ ਸਨ। ਤੇ ਬੇਨਤੀ ਕਰਾਂ ਨੌਵੇਂ ਪਾਤਸ਼ਾਹ ਦਾ ਨਾਮ ਬਚਪਨ ਦੇ ਵਿੱਚ ਤਿਆਗ ਮੱਲ ਸੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਤਿਹਾਸਕਾਰ ਲਿਖਦੇ ਨੇ ਕਿ ਜਦ ਕਰਤਾਰਪੁਰ ਦੀ ਜੰਗ ਦੇ ਵਿੱਚ, ਮੈਦਾਨੇ ਜੰਗ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੂਝਦੇ ਨੇ, ਤੇਗ ਦੇ ਜੋਹਰ ਵਿਖਾਉਂਦੇ ਨੇ, ਤਾਂ ਉਸ ਤੋਂ ਬਾਅਦ ਉਹਨਾਂ ਦਾ ਨਾਮ ਤੇਗ ਬਹਾਦਰ ਰੱਖਿਆ ਜਾਂਦਾ। ਬਚਪਨ ਵਿੱਚ ਉਹਨਾਂ ਦਾ ਨਾਮ ਤਿਆਗ ਮੱਲ ਸੀ। ਸੋ ਬੇਨਤੀ ਕਰ ਰਿਹਾ ਸਾਂ ਖਾਲਸਾ ਜੀ ਕਿ ਇੱਕ ਬੱਚੇ ਦੇ ਤਨ ਦੇ ਨੰਗੇਜ ਨੂੰ ਨਾ ਦੇਖ ਸਕੇ, ਆਪਣੇ ਵਸਤਰ ਉਤਾਰ ਕੇ ਦੇ ਦਿੱਤੇ। ਗੱਲ ਕੇਵਲ ਵਸਤਰਾਂ ਦੀ ਨਹੀਂ ਖਾਲਸਾ ਜੀ, ਇੱਕ ਬੱਚੇ ਦਾ, ਇੱਕ ਨਿੱਕੇ ਜਿਹੇ ਬੱਚੇ ਦਾ ਤਨ ਨੰਗੇਜ ਪੁਣਾ ਨਾ ਦੇਖ ਸਕੇ, ਆਪਣਾ ਵਸਤਰ ਉਤਾਰ ਕੇ ਦੇ ਦਿੱਤਾ। ਤੇ ਜਿੱਦਣ ਭਾਰਤ ਦੀ ਬਹੁ ਬੇਟੀਆਂ ਦੀ ਪੱਤ ਨੂੰ, ਇੱਜ਼ਤ ਨੂੰ ਜ਼ਾਲਮ ਨੰਗੇਜ ਪੁਣੇ ਵਿੱਚ ਲਿਆ ਰਹੇ ਸਨ, ਆਪਣੇ ਤਨ ਦੀ ਕੁਰਬਾਨੀ ਬਣਾ ਕੇ, ਆਪਣੇ ਤਨ ਦੀ ਚਾਦਰ ਬਣਾ ਕੇ ਉਹਨਾਂ ਦੇ ਨੰਗੇਜ ਨੂੰ ਵੀ ਢੱਕ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਰਤ ਵਾਸੀਆਂ ਦੀ ਇੱਜ਼ਤ ਨੂੰ ਬਚਾ ਲਿੱਤਾ। ਦੁਬਾਰਾ ਫਿਰ ਬੇਨਤੀ ਦੁਹਰਾ ਦਿਆ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਬਚਪਨ ਵਿੱਚ ਨਾਮ ਤਿਆਗ ਮੱਲ ਸੀ, ਪਰ ਜਦ ਕਰਤਾਰਪੁਰ ਦੇ ਵਿੱਚ ਮੈਦਾਨੇ ਜੰਗ ਵਿੱਚ ਜੂਝੇ, ਤੇਗ ਦੇ ਜੋਹਰ ਵਿਖਾਏ, ਬਾਅਦ ਵਿੱਚ ਨਾਮ ਤੇਗ ਬਹਾਦਰ ਰੱਖ ਦਿੱਤਾ। ਅੰਤ ਬੇਨਤੀ ਕਰਾਂ ਖਾਲਸਾ ਜੀ, ਇੱਕ ਬੱਚੇ ਦੇ ਨੰਗੇਜ ਨੂੰ ਨਾ ਤੱਕ ਸਕੇ, ਆਪਣੇ ਵਸਤਰ ਉਤਾਰ ਕੇ ਦੇ ਦਿੱਤੇ। ਗੱਲ ਕੇਵਲ ਵਸਤਰਾਂ ਦੀ ਨਹੀਂ ਖਾਲਸਾ ਜੀ, ਜਿੱਦਣ ਭਾਰਤ ਵਾਸੀ ਦੀ ਬਹੁ ਬੇਟੀਆਂ ਦੀ ਇੱਜ਼ਤ ਨੂੰ ਜ਼ਾਲਮ ਨੰਗੇਜ ਪੁਣੇ ਵਿੱਚ ਲਿਆ ਰਹੇ ਸਨ, ਆਪਣੇ ਤਨ ਦੀ ਕੁਰਬਾਨੀ ਕਰਕੇ ਸਰੀਰ ਦੀ ਚਾਦਰ ਬਣਾ ਕੇ ਇਸ ਭਾਰਤ ਵਾਸੀਆਂ ਦੇ ਨੰਗੇਜ ਨੂੰ ਵੀ ਢੱਕ ਦਿੱਤਾ। ਇਤਨੀ ਕੁਰਬਾਨੀ ਕੀਤੀ, ਇਤਿਹਾਸ ਨੂੰ ਲਮੇਰਾ ਨਾ ਕਰਦੇ ਹੋਏ ਮੈਂ ਆਪਣੀ ਬੇਨਤੀ ਵੱਲ ਚੱਲਾਂ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੁਦਾ ਦੀ ਨੂਰਾਨੀ ਜੋਤ ਦਾ ਪ੍ਰਕਾਸ਼ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਖੁਸ਼ੀਆਂ ਪਏ ਵੰਡਦੇ ਨੇ, ਤੇ ਇੱਧਰ ਔਰੰਗਜ਼ੇਬ ਅਤਿਆਚਾਰ ਪਏ ਕਰਦਾ। ਔਰੰਗਜ਼ੇਬ ਨੇ ਇਹ ਪ੍ਰਣ ਲੈ ਲਿਆ ਕਿ ਮੈਂ ਆਪਣੀ ਸ਼ਮਸ਼ੀਰ ਦੇ ਜ਼ੋਰ ਦੇ ਨਾਲ ਸਾਰੀ ਲੋਕਾਈ ਨੂੰ ਇਸਲਾਮ ਦੇ ਵਿੱਚ ਤਬਦੀਲ ਕਰ ਦਿਆਂਗਾ। ਇਸ ਨੇ ਤਿੰਨ ਤਰੀਕੇ ਇਸਲਾਮ ਦੇ ਵਿੱਚ ਤਬਦੀਲ ਕਰਨ ਲਈ ਵਰਤੇ। ਪਹਿਲਾ ਇਹ ਕਿ ਕਿਸੇ ਵੀ ਬੰਦੇ ਨੂੰ ਜੋ ਚਾਹੇ ਲਾਲਚ ਦੇ ਦਿੱਤਾ ਜਾਵੇ, ਜੇ ਲਾਲਚ ਨਾਲ ਇਸਲਾਮ ਤਬਦੀਲ ਕਰੇ ਤਾਂ ਠੀਕ। ਦੂਸਰਾ, ਉਸਤੇ ਅਤਿਆਚਾਰ ਜ਼ੁਲਮ ਦਾ ਕਹਿਰ ਢਾਇਆ ਜਾਵੇ, ਅਤਿਆਚਾਰ ਕੀਤਾ ਜਾਵੇ, ਡਰਾਇਆ ਧਮਕਾਇਆ ਜਾਵੇ, ਤੇ ਜੇਕਰ ਡਰਾਇਆ ਧਮਕਾਇਆ ਵੀ ਨਹੀਂ ਮੰਨਦਾ, ਤੇ ਤੀਸਰਾ ਯਤਨ ਇਸਦਾ ਇਹ ਸੀ, ਤੀਸਰਾ ਤਰੀਕਾ ਇਸਦਾ ਇਹ ਸੀ ਕਿ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫਗਾਨ, ਜੋ ਕਸ਼ਮੀਰ ਦਾ ਸੂਬੇਦਾਰ ਹੈ, ਉਹਨੂੰ ਵੀ ਇਹ ਖੁੱਲੀ ਹਦਾਇਤ ਕਰ ਦਿੱਤੀ ਗਈ ਸੀ ਕਿ ਤੂੰ ਜਿਤਨੇ ਮਰਜ਼ੀ ਖੂਨ ਕਰ, ਜਿਤਨੇ ਮਰਜ਼ੀ ਕਤਲ ਕਰ, ਤੇਰੇ ਤੇ ਕੋਈ ਕਾਰਵਾਈ ਨਹੀਂ ਹੋਵੇਗੀ। ਖਾਲਸਾ ਜੀ, ਔਰੰਗਜ਼ੇਬ ਦੇ ਜ਼ੁਲਮ ਦਾ ਕਹਿਰ ਸਭ ਤੋਂ ਪਹਿਲਾਂ ਬਨਾਰਸ ਦੀ ਧਰਤੀ, ਮਥੁਰਾ ਦੀ ਧਰਤੀ ਤੇ ਕੁਰੂਕਸ਼ੇਤਰ ਦੀ ਧਰਤੀ ਤੇ ਵਾਪਰਿਆ। ਜਦ ਤੀਰਥ ਇਸ਼ਨਾਨੀ, ਜਿਹੜੇ ਸ਼ਰਧਾਲੂ ਤੀਰਥ ਤੇ ਇਸ਼ਨਾਨ ਕਰਨ ਲਈ ਆਉਂਦੇ ਸਨ, ਇਹ ਤੀਰਥ ਇਸ਼ਨਾਨੀਆਂ ਨੂੰ ਕਤਲ ਕਰਾ ਦਿਆ ਕਰਦਾ ਸੀ। ਪਰ ਜਦ ਇਸ ਨੇ ਕੋਈ ਬਹੁਤਾ ਮੁਨਾਫਾ ਨਾ ਦੇਖਿਆ, ਪਰਤਕੀ ਦਾ ਖਿਆਲ ਗਿਆ ਕਿ ਕਸ਼ਮੀਰ ਦੇ ਵਿਦਵਾਨ ਪੰਡਿਤ, ਇਹ ਭੋਲੇ ਭਾਲੇ ਲੋਕ ਸਾਰੇ ਉਹਨਾਂ ਦੀ ਗੱਲ ਮੰਨਦੇ ਨੇ, ਕਿਉਂ ਨਾ ਉਹਨਾਂ ਨੂੰ ਇਸਲਾਮ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ। ਇਹ ਭੋਲੇ ਭਾਲੇ ਲੋਕ ਆਪੇ ਹੀ ਉਹਨਾਂ ਦੇ ਮਗਰ ਲੱਗ ਤੁਰਨਗੇ, ਕਿਉਂਕਿ ਉਹ ਵਿਦਵਾਨ ਨੇ, ਉਹ ਪ੍ਰਚਾਰਕ ਨੇ ਸਨਾਤਨ ਮਤ ਦੇ। ਬੇਨਤੀ ਕਰਾਂ ਖਾਲਸਾ ਜੀ, ਇਹ ਜਿਹੜੀਆਂ ਹਕੂਮਤਾਂ ਧਰਮਾਂ ਦੇ ਵਿੱਚ, ਕਿਸੇ ਮਤ ਦੇ ਵਿੱਚ, ਕਿਸੇ ਪੰਥ ਦੇ ਵਿੱਚ ਜਦੋਂ ਗਿਰਾਵਟ ਲਿਆਉਣ, ਸਭ ਤੋਂ ਪਹਿਲਾਂ ਉਸ ਧਰਮ ਦੇ ਵਿਦਵਾਨਾਂ ਨੂੰ, ਉਸ ਧਰਮ ਦੇ ਪ੍ਰਚਾਰਕਾਂ ਨੂੰ ਆਪਣੇ ਵਸ ਕਰਦੀਆਂ ਨੇ, ਧਰਮ ਦੇ ਪ੍ਰਚਾਰਕਾਂ ਨੂੰ ਖਰੀਦਦੀਆਂ ਨੇ, ਤਾਂ ਹੀ ਧਰਮ ਦੇ ਵਿੱਚ ਗਿਰਾਵਟ ਲਿਆਈ ਜਾਂਦੀ ਹੈ। ਕਿਸੇ ਧਰਮ ਦੇ ਪ੍ਰਚਾਰਕ ਨੂੰ ਤਬਦੀਲ ਕਰ ਦੋ, ਭੋਲੇ ਭਾਲੇ ਲੋਕ ਆਪੇ ਮਗਰ ਲੱਗ ਜਾਂਦੇ ਨੇ। ਤੇ ਬੇਨਤੀ ਕਰਾਂ, ਜਿਹੜੇ ਅੱਜ ਸ਼ੰਕਾਵਾਦੀ ਸੱਜਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ, ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਪਰ
ਜਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਬਾਬਾ ਬਕਾਲਾ ਸਾਹਿਬ ਦੇ ਭੋਰਾ ਸਾਹਿਬ ਦੇ ਇਤਿਹਾਸ ਦੇ ਉੱਪਰ, ਜਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਇਤਿਹਾਸਕ ਸਥਾਨਾਂ ਦੇ ਉੱਪਰ, ਜਾਂ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਉੱਪਰ, ਜਾਂ ਗੁਰੂ ਨਾਨਕ ਪਾਤਸ਼ਾਹ ਦੇ ਅੰਮ੍ਰਿਤ ਵੇਲੇ ਦੇ ਉੱਪਰ ਸ਼ੰਕਾ ਪਾ ਰਹੇ ਨੇ, ਖਾਲਸਾ ਜੀ ਇਹ ਕਿਤੇ ਨਾ ਕਿਤੇ ਸਰਕਾਰਾਂ ਦੀ ਬੂ ਆ ਰਹੀ ਹੈ। ਕਿਉਂਕਿ ਕਿਸੇ ਵੀ ਮਤ ਦੇ ਵਿੱਚ ਜਦੋਂ ਗਿਰਾਵਟ ਲਿਆਉਣੀ ਹੋਵੇ ਸਭ ਤੋਂ ਪਹਿਲਾਂ ਪ੍ਰਚਾਰਕਾਂ ਨੂੰ ਫੜਿਆ ਜਾਂਦਾ। ਅੰਤ ਬੇਨਤੀ ਕਰਾਂ, ਸੁਚੇਤ ਹੋਈਏ, ਜਿਹੜੇ ਵੀ ਅੱਜ ਪ੍ਰਚਾਰਕ, ਆਪਾਂ ਪ੍ਰਚਾਰਕਾਂ ਦੀ ਨਹੀਂ ਖਾਲਸਾ ਜੀ ਗੁਰੂ ਦੀ ਮਤ ਦੇ, ਗੁਰ ਕੀ ਮਤ ਤੂੰ ਲੈ ਇਹ ਆਨੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਅੰਤ ਬੇਨਤੀ ਕਰਾਂ, ਇਸ ਨੇ ਇਹ ਫੈਸਲਾ ਲਿਆ ਕਿ ਸਭ ਤੋਂ ਪਹਿਲਾਂ ਕਸ਼ਮੀਰ ਦੇ ਪੰਡਤਾਂ ਨੂੰ ਤਬਦੀਲ ਕਰ ਦਿੱਤਾ ਜਾਵੇ, ਇਹ ਭੋਲੇ ਪਾਲੇ ਲੋਕ ਆਪੇ ਮਗਰ ਲੱਗ ਤੁਰਨਗੇ। ਸੂਬੇਦਾਰ ਸ਼ੇਰ ਅਫਗਾਨ ਨੂੰ ਖੁੱਲੀ ਹਦਾਇਤ ਕਰ ਦਿੱਤੀ ਗਈ ਕਿ ਤੂੰ ਇਹਨਾਂ ਦੇ ਉੱਪਰ ਜਿਤਨਾ ਮਰਜ਼ੀ ਅਤਿਆਚਾਰ ਕਰ, ਪਰ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਇਸਲਾਮ ਧਰਮ ਦੇ ਵਿੱਚ ਤਬਦੀਲ ਕਰ ਦੇ। ਤੇ ਇਤਿਹਾਸਕਾਰ ਸੱਜਣ ਲਿਖਦੇ ਨੇ ਕਿ ਕਸ਼ਮੀਰ ਦੇ ਵਿੱਚ ਇੱਕ ਝੀਲ ਹੁੰਦੀ ਸੀ, ਉਸ ਝੀਲ ਦੇ ਵਿੱਚ ਇਸਨੇ 5-7 ਪੰਡਿਤ ਵਿਦਵਾਨ ਇਕੱਠੇ ਬਣ ਕੇ ਝੀਲ ਦੇ ਵਿੱਚ ਸੁੱਟਿਆ ਕਰਨੇ ਤੇ ਫਿਰ ਤਾੜੀਆਂ ਮਾਰ ਕੇ ਹੱਸਿਆ ਕਰਨਾ। ਇਤਨਾ ਕਹਿਰ ਪੰਡਤਾਂ ਦੇ ਉੱਤੇ ਢਾਇਆ ਗਿਆ। ਜਦ ਉਹਨਾਂ ਦਾ ਅੰਦਰ ਕੰਬ ਗਿਆ ਖਾਲਸਾ ਜੀ, ਹਿਸਟਰੀ ਆਫ ਕਸ਼ਮੀਰ ਦੇ ਵਿੱਚ ਇੱਕ ਅੰਗਰੇਜ਼ ਇਤਿਹਾਸਕਾਰ ਨੇ ਇਹ ਹਿਸਟਰੀ ਆਫ ਕਸ਼ਮੀਰ ਦੇ ਵਿੱਚ ਲਿਖਿਆ ਕਿ ਕਸ਼ਮੀਰ ਦੇ ਪੰਡਿਤ ਵਿਦਵਾਨ ਤੀਰਥਾਂ ਦੀ ਯਾਤਰਾ ਤੇ ਗਏ, ਜਾ ਕੇ ਅਰਜ਼ੋਈਆਂ ਅਰਦਾਸਾਂ ਬੇਨਤੀਆਂ ਕਰਨ ਲੱਗੇ ਤੇ ਕਹਿੰਦੇ ਨੇ ਪੰਡਿਤ ਕਿਰਪਾ ਰਾਮ ਨੂੰ ਰਾਤ ਸੁੱਤਿਆਂ ਪਿਆ ਇੱਕ ਸੁਪਨਾ ਆਉਂਦਾ, ਆਕਾਸ਼ਵਾਣੀ ਹੁੰਦੀ ਹੈ ਕਿ ਇਹ ਸੰਸਾਰ ਦੇ ਤਖਤੇ ਦੇ ਉੱਪਰ ਜੇਕਰ ਤੁਹਾਡੇ ਧਾਰਮਿਕ ਚਿੰਨ੍ਹ ਨੂੰ, ਤੁਹਾਡੇ ਤਿਲਕ ਨੂੰ, ਤੁਹਾਡੇ ਜਨੇਊ ਨੂੰ ਜੇਕਰ ਕੋਈ ਬਚਾ ਸਕਦਾ ਹੈ, ਤੁਹਾਡੀ ਲਤਾੜਿਆਂ ਦੀ ਕੋਈ ਬਾਹ ਫੜ ਸਕਦਾ ਹੈ, ਤੇ ਕੇਵਲ ਖੁਦਾ ਦੀ ਨੂਰਾਨੀ ਜੋਤ ਅਨੰਦਪੁਰ ਸਾਹਿਬ ਵਿਖੇ ਸ਼ੁਭਾਇਮਾਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹੀ ਤੁਹਾਨੂੰ ਇਹਨਾਂ ਅਤਿਆਚਾਰਾਂ ਦੇ ਵਿੱਚੋਂ ਬਾਹਰ ਕੱਢ ਸਕਦੇ ਨੇ। ਕੋਈ ਹੋਰ ਆਸਰਾ ਨਹੀਂ, ਖੁਦ ਉਹ ਪਰਮੇਸ਼ਰ ਹੀ ਤੁਹਾਡਾ ਆਸਰਾ ਬਣ ਸਕਦਾ। ਪੰਡਿਤ ਕਿਰਪਾ ਰਾਮ ਦਾ ਜਥਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਦੀਵਾਨ ਲੱਗਿਆ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਆਕਰ ਇਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੁਖੀ ਬਿਪਰ ਚੱਲ ਕੇ ਆਏ ਪੂਰੀ ਆਨੰਦ ਬਾਹਾਂ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਆਨੰਦ। ਪਾਤਸ਼ਾਹ ਕਿਰਪਾ ਕਰੋ, ਸਾਡੇ ਧਰਮ ਨੂੰ ਖਤਰਾ, ਸਾਡੇ ਧਾਰਮਿਕ ਚਿੰਨ੍ਹ ਨੂੰ ਖਤਰਾ, ਪਾਤਸ਼ਾਹ ਕਿਰਪਾ ਕਰਕੇ ਸਾਡੀ ਬਾਂਹ ਫੜ ਲਓ। ਤੇ ਬੇਨਤੀ ਕਰਾਂ, ਇਹ ਹਜੇ ਅਰਦਾਸਾਂ ਬੇਨਤੀਆਂ ਤਰਲੇ ਪਾ ਰਹੇ ਸਨ, ਇਤਨੇ ਨੂੰ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਆਉਂਦੇ ਨੇ ਤੇ ਪੁੱਛਦੇ ਨੇ, ਪਾਤਸ਼ਾਹ ਇਹ ਲੋਕ ਕੌਣ ਨੇ ਜਿਨ੍ਹਾਂ ਦੀਆਂ ਅੱਖਾਂ ਵਿੱਚ ਇਤਨਾ ਨੀਰ ਵਹਿ ਰਿਹਾ? ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬੋਲੇ, ਲਾਲ ਜੀ ਇਹ ਔਰੰਗਜ਼ੇਬ ਵੱਲੋਂ, ਜ਼ਾਲਮਾਂ ਵੱਲੋਂ ਲਤਾੜੇ ਹੋਏ ਲੋਕ ਨੇ, ਅੱਜ ਇਹਨਾਂ ਦੇ ਧਰਮ ਨੂੰ ਖਤਰਾ, ਇਹਨਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਖਤਰਾ ਹੈ। ਤੇ ਗੋਬਿੰਦ ਰਾਏ ਜੀ ਬੋਲੇ, ਪਾਤਸ਼ਾਹ ਫਿਰ ਇਹ ਹੱਥ ਵਿੱਚ ਸ਼ਸਤਰ ਪਕੜ ਕੇ ਆਪਣੇ ਧਾਰਮਿਕ ਚਿੰਨ੍ਹ ਦੀ ਰੱਖਿਆ ਆਪ ਕਿਉਂ ਨਹੀਂ ਕਰਦੇ? ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਲਾਲ ਜੀ ਇਹ ਵਹਿਮਾਂ ਭਰਮਾਂ ਚ ਇਤਨੇ ਗਲਕਤ ਹੋ ਚੁੱਕੇ ਨੇ ਕਿ ਹੱਥ ਵਿੱਚ ਸ਼ਮਸ਼ੀਰ ਪਕੜਨ ਦੇ ਯੋਗ ਹੀ ਨਹੀਂ ਰਹੇ। ਇਹੀ ਗੱਲ ਸੀ ਖਾਲਸਾ ਜੀ, ਇਹ ਗੁਰੂ ਕਾ ਸਿੱਖ ਕਿਸੇ ਅੱਗੇ ਤਰਲੇ ਨਾ ਕੱਢੇ, ਹੱਥ ਵਿੱਚ ਸ਼ਮਸ਼ੀਰ ਪਕੜਾ ਦਿੱਤੀ। ਗੁਰੂ ਕਲਗੀਧਰ ਜੀ ਨੇ ਬਚਨ ਕਰ ਦਿੱਤੇ, ਖਾਲਸਾ ਹੱਥ ਵਿੱਚ ਸ਼ਮਸ਼ੀਰ ਪਕੜੀ ਤਾਂ ਜੋ ਕੱਲ ਨੂੰ ਤੇਰੇ ਧਰਮ ਨੂੰ ਤੇ ਤੇਰੇ ਧਰਮ ਚਿੰਨ੍ਹ ਨੂੰ ਖਤਰਾ ਜੇ ਕੋਈ ਆਵੇ ਤੂੰ ਕਿਸੇ ਅੱਗੇ ਤਰਲੇ ਨਾ ਕੱਢੇ, ਆਪਣੀ ਰੱਖਿਆ ਸਵੈਮ ਕਰੇ। ਤੇ ਜੇ ਕੋਈ ਤੂੰ ਸ਼ਸਤਰ ਨਹੀਂ ਪਹਿਣਦਾ, ਕਹਿੰਦੇ ਬਿਨਾਂ ਸ਼ਸਤਰੰ ਕੇਸਰ ਨਰੰਗ ਭੇਡ ਜਾਨੋ ਗਹਿ ਕਾਣ ਤਾਕੋ ਕੀਤਾ ਲੈ ਸਿਧਾਨੋ। ਖਾਲਸਾ ਜੇਕਰ ਸ਼ਸਤਰ ਨਹੀਂ ਪਹਿਣਦਾ ਤੂੰ ਭੇਡਾਂ ਬੱਕਰੀਆਂ ਵਰਗਾ, ਕੋਈ ਵੀ ਕੰਨਾਂ ਤੋਂ ਫੜ ਕੇ ਕਿੱਧਰ ਨੂੰ ਲੈ ਜਾਵੇਗਾ? ਤੇ ਖਾਲਸਾ ਜੀ ਅੱਜ ਯਤਨ ਕਰੀਏ ਸੁਚੇਤ ਹੋ ਕੇ, ਸ਼ਸਤਰਧਾਰੀ ਹੋ ਕੇ, ਜੇਕਰ ਕੋਈ ਗੁਰੂ ਇਤਿਹਾਸ ਦੇ ਉੱਤੇ, ਗੁਰੂ ਪਾਤਸ਼ਾਹ ਦੇ ਪਵਿੱਤਰ ਸਰੋਵਰਾਂ ਦੇ ਉੱਤੇ, ਗੁਰੂ ਗੋਬਿੰਦ ਸਿੰਘ ਦੀ ਬਾਣੀ ਦੇ ਉੱਤੇ ਕੋਈ ਸ਼ੰਕੇ ਪਾਉਂਦਾ ਤੇ ਉਹਨੂੰ ਕੰਨੋਂ ਫੜ ਕੇ ਉਹਨੂੰ ਸਟੇਜ ਤੋਂ ਵੀ ਲਾਇਆ ਕਰੀਏ, ਗੁਰ ਕੀ ਨਿੰਦਾ ਸੁਣਿਆ ਨਾ ਕਾਣ ਦੇ ਉੱਤੇ ਪਹਿਰਾ ਵੀ ਦਈਏ, ਜੀਵਨ ਸਾਖੀਆਂ ਦੇ ਵਿੱਚੋਂ ਜੀਵਨ ਸਿੱਖਿਆ ਲੈ ਕੇ ਘਰਾਂ ਨੂੰ ਜਾਇਆ ਕਰੀਏ। ਅੰਤ ਬੇਨਤੀ ਕਰਾਂ, ਬਾਲਾ ਪ੍ਰੀਤਮ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਫਿਰ ਇਹਨਾਂ ਦੇ ਵਹਿ ਰਹੇ ਨੀਰ ਨੂੰ ਕੌਣ ਰੋਕ ਸਕਦਾ, ਇਹਨਾਂ ਦੇ ਧਾਰਮਿਕ ਚਿੰਨ੍ਹ ਦੀ ਰੱਖਿਆ ਕੌਣ ਕਰ ਸਕਦਾ, ਇਹਨਾਂ ਅਤਿਆਚਾਰੀਆਂ ਨੂੰ, ਇਹਨਾਂ ਲਤਾੜੇ ਹੋਏ ਮਜ਼ਲੂਮਾਂ ਦੀ ਬਾਂਹ ਕੌਣ ਪਕੜ ਸਕਦਾ? ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਲਾਲ ਜੀ ਜਿਸ ਦਿਨ ਕੋਈ ਕੁਰਬਾਨੀ
महात्मा करेगा कोई महापुरख अपने खून दियां बूंदा इस धरती ते डोलेगा उस दिन ही इन्हां दा धर्म खतरे तो बाहर आ सकदा। ते बाला प्रीतम जी ने बचन किते पातशाह तुसा तो वड्डा महापुरख इस तख्ते ते कोई नजर नहीं आउंदा पातशाह तू ही राज रोजी देहो दस्तगीर करीमे खता बख्श दानस पजीर। 11 हकायतां च महाराज ने दर्ज किया महाराज तुसी ही राज बख्शन वाले हो ते तुसी ही गरीबां दी बाह पकड़न वाले हो। गुरु तेग बहादुर पातशाह मुस्कुराए कहन लगे लाल जी जेकर तुहाडा अंदर इस गल दी हामी भरदा है ते मैं जरूर शहादत दा जाम पीवांगा पर याद रखी बच्चा तेरे सिर तो पिता दा साया उठ जावेगा। बाला प्रीतम कहन लगे पातशाह जेकर मैं यतीम हुंदा तां कोई फिकर नहीं पर इन्हां दे लखां बच्चे जिन्हां दे सिर ते पिता दा साया कैम रह जावेगा। खालसा जी जद गुरु गोबिंद सिंह पातशाह पुत्र ने पिता नूं तोड़दे ने ते जिद्दन पिता हुंदे ने उद्दन पुत्रां नूं तोड़दे ने कैसा अंदर है गुरु कलगीधर दा। बेनती करा गुरु तेग बहादुर सच्चे पातशाह ने पंडितां नूं अंत बेनती कीती ते कहा सतगुरु कहा बचियो तुसी घर जावो सिर दे के सत बचावांगा मैं हिंदू धर्म दे बल रहे दीवियां अंदर तेल अपने लहू दा पावांगा मैं घबरायो ना तुहाडी पत तुहाडी इज्जत तुहाडी आरती नूं बचावांगा। जद ये बचन सुने ते पंडितां ने जाकर सूबेदार शेर अफगान नूं कह दिता कि साडे आगू ने गुरु तेग बहादुर सच्चे पातशाह जाकर उन्हां नूं इस्लाम धर्म च तब्दील कर लो बाकी सारे अपने आप आ जाणगे। ते औरंगजेब बड़ा खिड़ खड़ा के हसया कहिंदा एक तीर दो निशाने कि एक बंदे दे इस्लाम च तब्दील होया जेकर जिथे हिंदू धर्म तब्दील होवेगा उत्थे नाल ही सिख धर्म भी तब्दील हो जाएगा। मन दे विच मुस्कुराण लगा इसने चिट्ठी लिख दिती गिरफ्तारी दी ते उर्दू दे विच इसने लिखिया अज से चहार पुस्तों ही दुकान रा गर्म मीदास तंज कहंदा ऊरा दर जिरगाए अहल इस्लाम दर बायर आवर्द। इसने उर्दू दे विच एक गिरफ्तारी दे ऑर्डर जारी कर दिते के गुरु तेग बहादुर सच्चे पातशाह नूं गिरफ्तार करके तसीहे दे के उन्हां नूं किसे ना किसे तरह मुसलमान इस्लाम धर्म दे विच तब्दील कर दो। असे चहार कुछ तो उईरी दुकान रा गरम मिदास तंज ऊरा दर जिरगाए अहल इस्लाम दर आवर्द बावर्द। औरंगजेब ने उर्दू विच जिक्र किया ते गिरफ्तारी दे ऑर्डर किते पर सतगुरु सच्चे पातशाह दी मिसाल पहली बार इस दुनिया ते ऐसा होया कि गुरु तेग बहादुर सच्चे पातशाह सिर ते कफन बन के खुद कातल दी कतलगाह दे विच उसनूं आवाज मारन लई चले ने। पातशाह जी अज आनंदपुर साहब दी धरती तो पातशाह चलन लगे ने। चलन तो पहला सिख एकत्रित किते ते पंज सिख चुने। सब तो पहला भाई दयाला जी नूं चुनिया। भाई दयाला जी जिन्हां दा जन्म पिंड अलीपुर दे विच भाई माई दास दे घर होया ते मैं बेनती करां जो कि टोटल 12 भरा ने ते 12 दे विचों 11 भरा 11 इस गुरु पंथ लई शहादतां दे जाम पींदे ने। भाई दयाला जी ही भाई मणि सिंह दे सके भरा ने। 11 भरा गुरु पंथ लई शहादतां दे जाम पींदे ने। दूसरे ते तीसरे सिख सुने भाई मती दास जी भाई सती दास जी जो आपस विच सके भरा ने ते गुरु तेग बहादुर सच्चे पातशाह दे दरबारी दीवान ने। चौथे ते पंजवें भाई उदय जी ते भाई गुरदित्ता जी। भाई गुरदित्ता जी बाबा बुढ़ा साहब दी अंश वंश ने। गुरु तेग बहादुर सच्चे पातशाह आनंदपुर साहब दी धरती तो चलन लगे। सब तो पहला माता नानकी जी दे चरणा दे उपर नमस्कारां कीतियां। मैं बेनती करा ओ मां दा हिरदा अंदरों तकियो के पता है अज पुत्र ने दिल्ली गया परत के नहीं आना। औरंगजेब ने ते अपने सके बाप नूं नहीं सी बख्शिया उन्हें मेरे पुत्र नूं कित्थे बख्शना है। पर फिर भी माता नानकी ने बचन किते के तुहाडे कोल गुरु नानक पातशाह दीआं बरकतां ने तुहाडा सहाय आप अकाल पुरख वाहिगुरु परमात्मा होवेगा। अकाल पुरख वाहिगुरु आप सहाय होवेगा। माता नानकी जी तो बाद माता गुजरी जी नूं मिले ते बचन कहे गुरु गुरु जपना गुरु अंग संग गुरु नानक पातशाह अंग संग सहाई होणगे। खालसा जी आनंदपुर साहब तो तुरे ने नाल पंज सिख ने। कीरतपुर साहब रोपड़ तो हुंदिया पटियाले तो अते इस स्थान समाणा गुरद्वारा थड़ा साहब जिसका नाम है
ਇਸ ਸਥਾਨ ਤੋਂ ਹੁੰਦਿਆਂ ਅੰਤ ਆਗਰੇ ਪਹੁੰਚਦੇ ਨੇ। ਇਤਿਹਾਸ ਨੂੰ ਲਮੇਰਾ ਨਾ ਕਰਦੇ ਹੋਏ ਬੇਨਤੀ ਵੱਲ ਚੱਲਣਾ, ਆਗਰੇ ਦੀ ਧਰਤੀ ਤੇ ਇੱਕ ਗਰੀਬ ਮੁਸਲਮਾਨ ਵੱਸਦਾ, ਉਸ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਸਿਰ ਤੇ ਉੱਤੇ ਇਨਾਮ ਰੱਖਿਆ ਗਿਆ। ਮਨ ਦੇ ਵਿੱਚ ਖਿਆਲ ਆਇਆ, ਜੇਕਰ ਗੁਰੂ ਤੇਗ ਬਹਾਦਰ ਪਾਤਸ਼ਾਹ ਮੇਰੇ ਰਾਹੀਂ ਗ੍ਰਿਫਤਾਰੀ ਦੇ ਦੇਣ, ਮੇਰੇ ਘਰ ਨੂੰ ਭਾਗ ਲੱਗ ਜਾਣਗੇ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਾਂਦੇ ਜਾਂਦੇ ਵੀ ਬਖਸ਼ਿਸ਼ਾਂ ਭਰ ਕੇ ਗਏ, ਉਹਦੇ ਰਾਹੀਂ ਗ੍ਰਿਫਤਾਰੀ ਦੇ ਕੇ ਉਸਦੇ ਘਰ ਨੂੰ ਵੀ ਭਾਗ ਲਾ ਗਏ। ਖਾਲਸਾ ਜੀ, ਅੰਤ ਬੇਨਤੀ ਵੱਲ ਚੱਲਣਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਹੁੰਦੀ ਏ, ਤੇ ਸੁਰਤਾਂ ਜਰਾ ਉਸ ਗ੍ਰਿਫਤਾਰੀ ਦੇ ਦ੍ਰਿਸ਼ ਵੱਲ ਲਿਜਾਇਓ, ਇਕਾਗਰਤਾ ਬਖਸ਼ੋ ਪਿਆਰਿਓ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਲਈ ਇੱਕ ਪਿੰਜਰਾ ਤਿਆਰ ਕੀਤਾ ਗਿਆ, ਜਰਾ ਸੁਰਤ ਦੁਆਰਾ ਅੱਜ ਉਸ ਪਿੰਜਰੇ ਦੇ ਦਰਸ਼ਨ ਕਰੋ। ਉਸ ਪਿੰਜਰੇ ਦੇ ਅੰਦਰ ਤਿੱਖੇ ਸੂਏ ਲੱਗੇ ਨੇ, ਤਿੱਖੇ ਸੂਏ। ਉਹ ਪਿੰਜਰਾ ਤਿਆਰ ਕੀਤਾ ਗਿਆ, ਮੇਰੇ ਪਾਤਸ਼ਾਹ ਨਾ ਹਿੱਲ ਸਕਦੇ ਨੇ, ਨਾ ਖੜ ਸਕਦੇ ਨੇ, ਨਾ ਬੈਠ ਸਕਦੇ ਨੇ, ਜਦ ਖੜੇ ਹੁੰਦੇ ਨੇ ਸਿਰ ਤੇ ਤਿੱਖੇ ਸੂਏ ਚੁੱਭਦੇ ਨੇ। ਤੇ ਖਾਲਸਾ ਜੀ, ਜਦ ਜ਼ਖਮ ਹੁੰਦੇ ਨੇ ਜ਼ਾਲਮ, ਉਹਨਾਂ ਜ਼ਖਮਾਂ ਦੇ ਉੱਤੇ ਨਮਕ ਦਾ ਛਿੜਕਾਅ ਪੇ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਉਸ ਪਿੰਜਰੇ ਦੇ ਵਿੱਚੋਂ ਆਪਣੇ ਤਿੰਨ ਸਿੱਖਾਂ ਨੂੰ ਤੱਕਦੇ ਨੇ, ਭਾਈ ਉਦੇ ਜੀ ਤੇ ਭਾਈ ਗੁਰਦਿੱਤਾ ਜੀ, ਪਹਿਲਾਂ ਹੀ ਵੱਖ ਹੋ ਗਏ, ਹੁਣ ਤਿੰਨ ਸਿੱਖ ਨਾਲ ਨੇ। ਉਹ ਤਿੱਖੇ ਸੂਇਆਂ ਵਾਲੇ ਪਿੰਜਰੇ ਚ ਜਰਾ ਤੱਕੋ, ਕਿਸ ਤਰ੍ਹਾਂ ਨੌਵੇਂ ਪਾਤਸ਼ਾਹ ਆਖਰ ਰਹਿੰਦੇ ਹੋਣਗੇ, ਕਿੰਨਾ ਲਈ? ਖਾਲਸਾ ਜੀ, ਇਹ ਗੁਰਸਿੱਖਾਂ ਲਈ, ਇਸ ਭਾਰਤ ਵਰਸ਼ ਦੇ ਲੋਕਾਂ ਲਈ, ਕਿਸੇ ਇੱਕ ਧਰਮ ਲਈ ਨਹੀਂ, ਉਹ ਸਾਰੀ ਲੋਕਾਈ ਲਈ ਕੁਰਬਾਨ ਹੋਏ। ਬੇਨਤੀ ਕਰਾਂ, ਨੌਵੇਂ ਪਾਤਸ਼ਾਹ ਉਹਨਾਂ ਤਿੰਨਾਂ ਸਿੱਖਾਂ ਨੂੰ ਤੱਕਦੇ ਨੇ। ਇਤਨੇ ਨੂੰ ਕਾਜੀ ਆਇਆ ਤੇ ਕਹਿਣ ਲੱਗਾ ਪਾਤਸ਼ਾਹ ਨੂੰ, ਕਹਿੰਦਾ ਤੁਹਾਡੇ ਅੱਗੇ ਮੇਰੇ ਤਿੰਨ ਸੁਝਾਅ ਨੇ ਕੀ? ਕਹਿੰਦਾ ਜਾਂ ਤੇ ਕਰਾਮਾਤ ਦਿਖਾ ਦਿਓ, ਦੂਸਰਾ ਜਾਂ ਫਿਰ ਇਸਲਾਮ ਦੇ ਵਿੱਚ ਤਬਦੀਲ ਹੋ ਜਾਓ, ਤੀਸਰਾ ਜੇ ਇਸਲਾਮ ਚ ਤਬਦੀਲ ਨਹੀਂ ਹੋਣਾ ਤੇ ਫਿਰ ਮੌਤ ਦੇ ਘਾਟ ਉਤਰਨ ਲਈ ਤਿਆਰ ਹੋ ਜਾਓ। ਤੇ ਨੌਵੇਂ ਪਾਤਸ਼ਾਹ ਮੁਸਕਰਾਏ ਤੇ ਕਹਿਣ ਲੱਗੇ ਕਾਜੀ, ਕਰਾਮਾਤ ਤੇ ਕਹਿਰ ਦਾ ਨਾਮ ਹੈ, ਦੂਸਰਾ ਤੈਨੂੰ ਆਪਣਾ ਧਰਮ ਪਿਆਰਾ, ਸਾਨੂੰ ਆਪਣਾ ਧਰਮ ਪਿਆਰਾ। ਕਹਿੰਦੇ ਕਰਾਮਾਤ ਤੇ ਇਸਲਾਮ ਕਬੂਲ ਨਹੀਂ, ਤੇ ਮੌਤ ਦੇ ਜੋ ਤੂੰ ਡਰਾਵੇ ਦਿੰਦਾ, ਸਾਨੂੰ ਮੌਤ ਪ੍ਰਵਾਨ ਹੈ, ਜੋ ਇਸ਼ਕ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ। ਪਾਤਸ਼ਾਹ ਕਹਿਣ ਲੱਗੇ, ਤੂੰ ਮੌਤ ਦੇ ਡਰਾਵੇ ਦਿੰਦਾ, ਸੱਚ ਜਾਣੀ ਮੈਂ ਤੇ ਜਿੱਦਣ ਆਨੰਦਪੁਰ ਸਾਹਿਬ ਤੋਂ ਤੁਰਿਆ ਸਾਂ, ਮੈਂ ਤੇ ਸਿਰ ਤੇ ਕਫਨ ਬਣ ਕੇ ਹੀ ਤੁਰਿਆ ਸਾਂ। ਖਾਲਸਾ ਜੀ, ਕਾਜੀ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਵਾਰਤਾਲਾਪ ਨੂੰ ਭਾਈ ਮਤੀ ਦਾਸ ਹੋਣਾ ਨੇ ਤੱਕਿਆ ਤੇ ਆ ਕੇ ਕਹਿਣ ਲੱਗੇ, ਪਾਤਸ਼ਾਹ ਇਹ ਕਰਾਮਾਤ ਕਰਾਮਾਤ ਕਰਦੇ ਨੇ, ਹੁਕਮ ਕਰੋ, ਸਿਰ ਤੇ ਥਾਪੜਾ ਰੱਖੋ, ਪਾਤਸ਼ਾਹ ਇਹਨਾਂ ਦੀ ਲਾਹੌਰ ਤੇ ਦਿੱਲੀ ਦੀ ਇੱਟ ਦੇ ਨਾਲ ਇੱਟ ਨਾ ਖੜਕਾ ਦਿਆਂ। ਤੇ ਨੌਵੇਂ ਪਾਤਸ਼ਾਹ ਕਹਿਣ ਲੱਗੇ, ਬੱਚਿਆ ਯਾਦ ਕਰ, ਆਪਣੇ ਵੱਡੇ ਵਡੇਰੇ ਤੇ ਤੱਤੀ ਤਵੀ ਤੇ ਬੈਠ ਕੇ ਵੀ ਠੰਡ ਵਰਤਾਉਂਦੇ ਰਹੇ ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਗੁਰੂ ਜਪ, ਗੁਰੂ ਕੇ ਭਾਣੇ ਨੂੰ ਮੰਨ। ਤੇ ਕਾਜੀ ਦੇ ਕੰਨਾਂ ਦੇ ਵਿੱਚ ਜਦੋਂ ਭਾਈ ਮਤੀ ਦਾਸ ਦੇ ਬੋਲ ਗਏ, ਜਾ ਕੇ ਇਸਨੇ ਦਰੋਗੇ ਨੂੰ ਕਿਹਾ, ਦਰੋਗਾ ਭਾਈ ਮਤੀ ਦਾਸ ਨੂੰ ਕਹਿੰਦਾ ਇਸਨੂੰ ਚਾਂਦਨੀ ਚੌਂਕ ਦੇ ਵਿੱਚ ਲਿਆਂਦਾ ਜਾਵੇ, ਤੇ ਕਹਿੰਦਾ ਜਿਹੜੀ ਕਰਾਮਾਤ ਦੀਆਂ ਤਾਕਤਾਂ ਦੀਆਂ ਗੱਲਾਂ ਕਰਦਾ ਵਿਖਾ ਕਰਾਮਾਤ। ਤੇ ਭਾਈ ਮਤੀ ਦਾਸ ਕਹਿਣ ਲੱਗੇ, ਉਹ ਦਰੋਗਿਆ, ਕਹਿੰਦੇ ਤਾਕਤਾਂ ਤੇ ਗੁਰੂ ਨਾਨਕ ਨੇ ਬਹੁਤ ਦਿੱਤੀਆਂ, ਪਰ ਗੁਰੂ ਕੇ ਸਿੱਖ ਦਾ ਫਰਜ਼ ਹੈ ਗੁਰੂ ਕੇ ਹੁਕਮ ਨੂੰ ਮੰਨੇ, ਗੁਰੂ ਕਾ ਹੁਕਮ ਨਹੀਂ। ਜੇਕਰ ਗੁਰੂ ਦਾ ਹੁਕਮ ਦਿੰਦਾ, ਜਿਹੜੀ ਜ਼ਬਾਨ ਦੇ ਨਾਲ ਤੂੰ ਅੱਜ ਨੌਵੇਂ ਪਾਤਸ਼ਾਹ ਨੂੰ ਬੋਲ ਕਬੋਲ ਬੋਲਦਾ, ਜ਼ਬਾਨ ਹੀ ਬਾਹਰ ਖਿੱਚ ਲੈਣੀ ਸੀ। ਖਾਲਸਾ ਜੀ, ਇਤਨੇ ਨੂੰ ਕਾਜੀ ਬੋਲਿਆ, ਕਹਿੰਦਾ ਜਾਂ ਕਰਾਮਾਤ ਦਿਖਾ, ਜਾਂ ਲਾ ਇਸਲਾਹ ਲੱਲਾ ਮੁਹੰਮਦ ਰਸੂਲ ਅੱਲਾਹ ਪੜ੍ਹ ਲੈ ਤੇ ਇਸਲਾਮ ਧਰਮ ਦੇ ਵਿੱਚ ਪਵਿੱਤਰ ਹੋ ਜਾ, ਤੇ ਜਾਂ ਫਿਰ ਮੌਤ ਦੇ ਘਾਟ ਉਤਰਨ ਲਈ ਤਿਆਰ ਹੋ ਜਾ, ਸਾਹਮਣੇ ਵੇਖ ਆਰੇ ਦੇ ਦੰਦੇ ਤਿੱਖੇ ਪਏ ਹੁੰਦੇ ਨੇ। ਤੇ ਭਾਈ ਮਤੀ ਦਾਸ ਕਹਿਣ ਲੱਗੇ, ਕਹਿੰਦੇ ਇੱਕ ਯਤਨ ਕਰ ਫਿਰ, ਮੈਨੂੰ ਸਲਾਮ ਤੇ ਕਰਾਮਾਤ ਕਬੂਲ ਨਹੀਂ, ਜਾ ਕੇ ਆਰੇ ਦੇ ਦੰਦੇ ਤਿੱਖੇ ਕਰ ਲੈ ਤੇ ਮੈਂ ਮਨ ਤਿੱਖਾ ਕਰ ਲਾ। ਸੰਖੇਪ ਜਿਹੀ ਬੇਨਤੀ ਕਰਾਂ ਖਾਲਸਾ ਜੀ। ਕਾਜੀ ਕਹਿਣ ਲੱਗਾ ਕਿ ਮੈਂ ਤੇ ਆਰੇ ਦੇ ਦੰਦੇ ਰੇਤੇ ਦੇ ਨਾਲ ਤਿੱਖੇ ਕਰਾਂਗਾ, ਤੂੰ ਮਨ ਕਿਵੇਂ ਤਿੱਖਾ ਕਰੇਗਾ? ਤੇ ਗੁਰੂ ਕੇ ਸਿੱਖ ਨੇ ਬਚਨ ਕੀਤਾ, ਮੈਂ ਮਨ ਤਿੱਖਾ ਕਰਾਂਗਾ ਜਪ ਜੀ ਦਾ ਪਾਠ ਪੜ੍ਹ ਕੇ। ਕਾਜੀ ਇਕਦਮ ਖਾਮੋਸ਼ ਹੋ ਗਿਆ ਤੇ ਖਾਲਸਾ ਜੀ, ਸਾਰਾ ਦਿੱਲੀ ਦਾ ਹਜ਼ੂਮ ਚਾਂਦਨੀ ਚੌਂਕ ਵਿਖੇ ਇਕੱਠਾ ਹੋਇਆ। ਅੱਜ ਭਾਈ ਮਤੀ ਦਾਸ ਦੀ ਸ਼ਹਾਦਤ ਹੋਣੀ ਹੈ,
ਭਾਈ ਬਤੀ ਦਾਸ ਜੀ ਨੂੰ ਲੰਮਾ ਪਾਇਆ ਗਿਆ, ਕੇਸ ਇੱਕ ਸੱਜੇ ਪਾਸੇ ਕੀਤੇ ਗਏ, ਅੱਧੇ ਕੇਸ ਖੱਬੇ ਪਾਸੇ ਕੀਤੇ ਗਏ ਤੇ ਬੇਨਤੀ ਕਰਾਂ। ਜਦ ਆਰਾ ਸ਼ੁਰੂ ਕਰਨ ਲੱਗੇ ਤੇ ਭਾਈ ਮਤੀ ਦਾਸ ਨੇ ਬਚਨ ਕੀਤੇ ਕਿ ਇੱਕ ਮੇਰੀ ਬੇਨਤੀ ਪ੍ਰਵਾਨ ਕਰੋ, ਜਦੋਂ ਸੀਸ ਤੇ ਚੱਲੇ ਆਰਾ ਮੇਰਾ ਮੁੱਖ ਗੁਰੂ ਚਰਨਾਂ ਵਾਲਾ, ਮੇਰਾ ਮੁੱਖ ਗੁਰੂ ਚਰਨਾਂ ਦੇ ਵੱਲ ਹੋਵੇ, ਮੈਂ ਜਾਂਦਾ ਜਾਂਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦਾ ਹੋਇਆ ਜਾਵਾਂ। ਤੇ ਉਹਨੂੰ ਕਹਿਣ ਲੱਗੇ ਆਰਾ ਥੋੜਾ ਧੀਮਾ ਚਲਾਈ। ਉਹ ਕਹਿੰਦਾ ਕਿਉਂ ਡਰ ਲੱਗਦਾ? ਉਹ ਕਹਿੰਦਾ ਡਰ ਨਹੀਂ ਲੱਗਦਾ, ਜਦ ਤੂੰ ਆਰਾ ਸ਼ੁਰੂ ਕਰੇਗਾ ਮੈਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਾਂਗਾ। ਕਹਿਣ ਲੱਗੇ ਤੇਰਾ ਸਰੀਰ ਦੇ ਟੁਕੜੇ ਹੋਣ ਤੋਂ ਪਹਿਲਾਂ ਪਹਿਲਾਂ ਮੇਰਾ ਜਪਜੀ ਸਾਹਿਬ ਦਾ ਪਾਠ ਪੂਰਾ ਹੋ ਜਾਵੇ। ਤੇ ਜਦ ਪਿਆਰੇ ਨੌਵੇਂ ਪਾਤਸ਼ਾਹ ਨੇ ਬਚਨ ਸੁਣੇ, ਪਾਤਸ਼ਾਹ ਨੇ ਬਚਨ ਕੀਤਾ, ਧੰਨ ਗੁਰੂ ਕਿਆ ਸਿੱਖਾ ਤੂੰ ਸਿੱਖੀ ਕਮਾਈ। ਕਹਿੰਦੇ ਤੇਰੇ ਸਰੀਰ ਦੇ ਜਿੰਨੇ ਮਰਜ਼ੀ ਟੁਕੜੇ ਹੋ ਜਾਣ, ਪਰ ਤੇਰੇ ਸਰੀਰ ਦੇ ਟੁਕੜਿਆਂ ਦੇ ਵਿੱਚੋਂ ਧੁਰਕੀ ਬਾਣੀ ਦੀ ਆਵਾਜ਼ ਆਉਂਦੀ ਰਹੇਗੀ। ਗੁਰੂ ਪਾਤਸ਼ਾਹ ਨੇ ਬਚਨ ਕੀਤੇ, ਖਾਲਸਾ ਜੀ ਜਲਾਦ ਨੇ ਆਰਾ ਜਦ ਸ਼ੁਰੂ ਕੀਤਾ ਭਾਈ ਸਾਹਿਬ ਦੇ ਸੀਸ ਦੇ ਉੱਤੇ, ਤੇ ਕਹਿੰਦੇ ਨੇ ਖੂਨ ਦਾ ਫੁਹਾਰਾ ਨਿਕਲ ਉੱਠਿਆ, ਤੇ ਇਧਰੋਂ ਗੁਰੂ ਕੇ ਲਾਲ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਮੈਂ ਬੇਨਤੀ ਕਰਾਂ, ਜਦ ਸੀਸ ਤੇ ਆਰਾ ਚੱਲਦਾ ਪਿਆ ਤੇ ਗੁਰੂ ਕੇ ਲਾਲ ਨੂੰ ਜਪਜੀ ਸਾਹਿਬ ਨੇ ਭੁੱਲਿਆ, ਅੱਜ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕਰਕੇ ਸਾਰੀਆਂ ਸੁੱਖ ਸਹੂਲਤਾਂ ਦੇ ਦਿੱਤੀਆਂ ਨੇ, ਸੁੱਖ ਸਹੂਲਤਾਂ ਝੋਲੀ ਚ ਪਾਈਆਂ ਨੇ, ਤੇ ਫਿਰ ਵੀ ਅੱਜ ਅੰਮ੍ਰਿਤ ਵੇਲੇ ਦੇ ਖੰਡਨ ਹੁੰਦੇ ਪਏ ਨੇ, ਤੇ ਅੱਜ ਫਿਰ ਵੀ ਗੁਰੂ ਕੀ ਬਾਣੀ ਤੋਂ ਦੂਰ ਜਾ ਰਹੇ ਹਾਂ। ਅੰਦਰ ਝਾਤ ਮਾਰੀਏ, ਇਹਨਾਂ ਜੀਵਨ ਸਾਖੀਆਂ ਦੇ ਵਿੱਚੋਂ ਜੀਵਨ ਸਿੱਖਿਆ ਲੈ ਕੇ ਜਾਈਏ। ਅੰਤ ਬੇਨਤੀ ਕਰਾਂ ਖਾਲਸਾ ਜੀ, ਸਰੀਰ ਦੇ ਦੋ ਟੁਕੜੇ ਹੋਏ ਪਰ ਫਿਰ ਵੀ ਜਪਜੀ ਸਾਹਿਬ ਜੀ ਦੀ ਬਾਣੀ ਦੀ ਧੁਨ ਦੋਨਾਂ ਟੁਕੜਿਆਂ ਦੇ ਵਿੱਚੋਂ ਆ ਰਹੀ ਹੈ। ਜਿਸ ਤਰ੍ਹਾਂ ਦੋਨੋਂ ਪਾਠੀ ਸਲੋਕ ਮਹੱਲਾ ਨੌਵਾਂ ਦੇ ਪਾਠ ਕਰਦੇ ਹੋਣ, ਇੱਕ ਪੰਕਤੀ ਇੱਕ ਪਾਠੀ ਪੜ੍ਹਦਾ, ਇੱਕ ਪੰਕਤੀ ਇੱਕ ਪਾਠੀ, ਇਸੇ ਤਰ੍ਹਾਂ ਪਵਨ ਗੁਰੂ ਪਾਣੀ ਪਿਤਾ ਇੱਕ ਟੁਕੜੇ ਚੋਂ ਆਵਾਜ਼ ਆ ਰਹੀ ਹੈ, ਤੇ ਮਾਤਾ ਧਰਤ ਮਹਤ ਇੱਕ ਟੁਕੜੇ ਚੋਂ ਆਵਾਜ਼ ਪਈ ਹੁੰਦੀ ਹੈ। ਸਿੱਖੀ ਸਿਦਕ ਨਾ ਡੁਲਾਇਆ, ਆਪਣੇ ਹਿਰਦੇ ਦੇ ਵਿੱਚ ਗੁਰੂ ਕੀ ਬਾਣੀ ਨੂੰ ਵਸਾਇਆ, ਧੰਨ ਭਾਈ ਮਤੀ ਦਾਸ ਜੀ। ਜਦ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਟੁਕੜਿਆਂ ਨੂੰ ਭਾਈ ਦਿਆਲਾ ਜੀ ਤੇ ਭਾਈ ਸਦੀ ਦਾਸ ਜੀ ਵੀ ਤੱਕਦੇ ਪਏ ਨੇ, ਤੇ ਇਤਨੇ ਨੂੰ ਕਾਜ਼ੀਆਂ ਨੇ ਉਹਨਾਂ ਵੱਲ ਵੀ ਇਹ ਬਚਨ ਕੀਤੇ ਕਿ ਲਾ ਇਸਲਾਹ ਲੱਲਾ ਮੁਹੰਮਦ ਰਸੂਲ ਅੱਲਾਹ ਪੜ੍ਹ ਕੇ ਇਸਲਾਮ ਧਰਮ ਦੇ ਵਿੱਚ ਪਵਿੱਤ ਹੋ ਜਾਓ, ਇਸਲਾਮ ਧਰਮ ਨੂੰ ਕਬੂਲ ਕਰ ਲਓ। ਤੇ ਉਹਨਾਂ ਦੋਨਾਂ ਸਿੱਖਾਂ ਨੇ ਵੀ ਮੌਤ ਨੂੰ ਕਬੂਲ ਕੀਤਾ, ਕਿਉਂਕਿ ਪਿਆਰਿਓ ਉਹਨਾਂ ਨੇ ਤੇ ਪਹਿਲਾਂ ਹੀ ਤਨ ਮਨ ਗੁਰੂ ਨੂੰ ਸਮਰਪਿਤ ਕਰ ਦਿੱਤਾ ਸੀ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਈ ਹੈ। ਅੰਤ ਬੇਨਤੀ ਕਰਾਂ, ਭਾਈ ਦਿਆਲਾ ਜੀ ਨੂੰ ਦੇਗੇ ਦੇ ਵਿੱਚ ਉਬਾਲਦੇ ਨੇ, ਤੇ ਕਹਿੰਦੇ ਜਦ ਦੇਗੇ ਵਿੱਚ ਉਬਾਲੇ ਜਾਣ ਤੋਂ ਬਾਅਦ ਦੇਗੇ ਦਾ ਢੱਕਣ ਚੁੱਕੇ ਵੇਖਦੇ ਨੇ, ਭਾਈ ਦਿਆਲਾ ਜੀ ਦਾ ਮਾਸ ਹੱਡੀਆਂ ਨਾਲੋਂ ਵੱਖਰਾ ਹੋਇਆ ਪਿਆ। ਉਸ ਤੋਂ ਬਾਅਦ ਭਾਈ ਸਤੀ ਦਾਸ ਜੀ ਨੂੰ ਰੂਹ ਦੇ ਵਿੱਚ ਬਣ ਕੇ ਜਦ ਜਲਾਦ ਸਾੜਦੇ ਨੇ, ਧੜ ਧੜ ਕਰਕੇ ਭਾਈ ਸਤੀ ਦਾਸ ਜੀ ਦਾ ਜਿਹੜਾ ਮਾਸ ਸੜਨਾ ਸ਼ੁਰੂ ਹੋ ਗਿਆ। ਪਿਆਰਿਓ ਧੰਨ ਨੇ ਗੁਰੂ ਕੇ ਸਿੱਖ ਜਿਨ੍ਹਾਂ ਸ਼ਹਾਦਤਾਂ ਦੇ ਜਾਪ ਪੀਤੇ ਤੇ ਅੱਜ ਆਪਾਂ ਆਨੰਦਮਈ ਜੀਵਨ ਬਤੀਤ ਕਰਦੇ ਹਾਂ, ਆਪਾਂ ਸੁੱਖ ਸਹੂਲਤਾਂ ਦੇ ਵਿੱਚ ਵਿਚਰਦੇ ਹਾਂ। ਤੇ ਬੇਨਤੀ ਕਰਾਂ ਆਪਣੇ ਫਰਜ਼ਾਂ ਨੂੰ ਸਮਝੀਏ, ਗੁਰੂ ਪੰਥ ਦੇ ਸਿਧਾਂਤ ਤੋਂ ਮੁਨਕਰ ਨਾ ਹੋਈਏ, ਆਪਣੀ ਨੌਜਵਾਨ ਪਨੀਰੀ ਨੂੰ ਆਪਣੇ ਨੌਜਵਾਨ ਬੱਚਿਆਂ ਨੂੰ ਗੁਰੂ ਕੇ ਬਾਣੇ ਦਾ ਧਾਰਨੀ ਬਣਾ ਕੇ ਗੁਰੂ ਕੀ ਬਾਣੀ ਤੋਂ ਜਾਣੂ ਵੀ ਕਰਾਇਆ ਕਰੀਏ, ਕਿਉਂਕਿ ਕੁਰਬਾਨੀਆਂ ਦੇਣ ਦੇ ਯੋਗਤਾ ਅੱਜ ਆਪਾਂ ਨਹੀਂ। ਕੁਰਬਾਨੀ ਉਹੀ ਕਰ ਸਕੇਗਾ ਜਿਹਨੇ ਬਾਣੀ ਨੂੰ ਮਨ ਚ ਵਸਾਇਆ। ਯਤਨ ਕਰੀਏ ਆਪਣੇ ਨੌਜਵਾਨ ਬੱਚਿਆਂ ਨੂੰ ਬਾਣੇ ਤੇ ਬਾਣੀ ਦਾ ਧਾਰਨੀ ਬਣਾਈਏ। ਖਾਲਸਾ ਜੀ, ਜਿੱਦਣ ਇਹ ਨੌਜਵਾਨ ਬੱਚੇ ਬਾਣੀ ਤੇ ਬਾਣੇ ਦੇ ਧਾਰਨੀ ਬਣ ਕੇ ਵਧੀਆ ਐਜੂਕੇਸ਼ਨ ਲੈ ਕੇ ਵਧੀਆ ਪੋਸਟ ਤੇ ਜਾ ਕੇ ਬੈਠਣਗੇ, ਖਾਲਸਾ ਜੀ ਗੁਰੂ ਪੰਥ ਦੀ ਸਿਧਾਂਤ ਦੀ ਗੱਲ ਕਰਨਗੇ, ਸ਼ਹਾਦਤਾਂ ਦੇ ਜਾਮ ਪੀਣੇ ਬਹੁਤ ਕਠਿਨ ਨੇ, ਪਰ ਆਪਾਂ ਯਤਨ ਕਰ ਸਕਦੇ ਹਾਂ ਗੁਰੂ ਪੰਥ ਦੇ ਸਿਧਾਂਤ ਨੂੰ ਹੀ ਪ੍ਰਚਾਰ ਲਈਏ। ਸੋ ਆਪਣੀ ਨੌਜਵਾਨ ਪਨੀਰੀ ਨੂੰ ਇਸ ਵੱਲ ਤੋਰੀਏ। ਅੰਤ ਬੇਨਤੀ ਕਰਾਂ, ਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਜਲਾਦ ਕਾਜ਼ੀ ਔਰੰਗਜ਼ੇਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਿੰਜਰੇ ਕੋਲ ਆਇਆ, ਪਾਤਸ਼ਾਹ ਨੂੰ ਮੌਤ ਦੇ ਡਰਾਵੇ ਦਿੰਦਾ ਹੈ, ਔਰੰਗਜ਼ੇਬ ਸ਼ਮਸ਼ੀਰ ਦੇ ਵਿੱਚੋਂ ਤਲਵਾਰ ਚਮਕਾਉਂਦਾ ਹੈ, ਸ਼ਮਸ਼ੀਰ ਚੋਂ ਤਲਵਾਰ ਨਿਕਾਲ ਕੇ ਚਮਕਾ ਕੇ ਪਾਤਸ਼ਾਹ ਨੂੰ ਬਚਨ ਕਰਦਾ, ਕਹਿੰਦਾ ਮੈਂ ਇਸ ਸ਼ਮਸ਼ੀਰ ਦੇ ਜ਼ੋਰ ਦੇ ਨਾਲ ਦੋ ਮਜ਼ਹਬਾਂ ਦੇ ਵਿੱਚੋਂ ਕੇਵਲ ਇੱਕ ਮਜ਼ਹਬ ਰੱਖਾਂਗਾ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਔਰੰਗਜ਼ੇਬ ਯਾਦ ਰੱਖ, ਇਸ ਸੰਸਾਰ ਦੇ ਤਖਤੇ ਦੇ ਉੱਪਰ, ਇਸ ਦੁਨੀਆਂ ਦੇ ਤਖਤੇ ਦੇ ਉੱਪਰ ਐਸਾ ਮਰਦ ਪੈਦਾ ਹੋ ਚੁੱਕਿਆ ਜਿਹੜਾ ਇਸੇ ਸ਼ਮਸ਼ੀਰ ਦੇ ਜ਼ੋਰ ਦੇ ਨਾਲ ਦੋ ਦੇ ਵਿੱਚੋਂ ਤੀਸਰਾ ਪੰਥ ਪੈਦਾ ਕਰੇਗਾ। ਕਰਹੁ ਖਾਲਸਾ ਪੰਥ ਤੀਸਰ ਪ੍ਰਵੇਸ਼ਾ,
जगे सिंह जोधे तरे नील पेसा। गुरु कलगी धर पातशाह ने तीसरा पंथ खालसा पंथ प्रगट कर दिता। गुरु तेग बहादुर पातशाह ने बचन किते, औरंगजेब तू मौत दे डरावे पे देंदा है, और जड़े गुरु के सिख नहीं डोले तू उस गुरु नू दला रहे हैं। अंत बेनती करा खालसा जी, भारत वासियां लई, इस भारत लोकाई लई, भारत देश दे धर्मां दी खातर गुरु तेग बहादुर सच्चे पातशाह ने अपना आप कुर्बान कर दिता। एक विद्वान ने बहुत सोहना की कथन किया गुरु तेग बहादुर सच्चे पातशाह जी की कुर्बानी दे उपर। उन्हें लिखिया, पाया देश दी जड़ां दे विच लहू अपना, नौवें पातशाह ने पाया देश दी जड़ां विच लहू अपना, वसदा बाग अज फल रहा है हिंदू मंदिर दे दीवियां दे अंदर, लहू हुण भी तेग बहादुर दा बल रहा है। ए दीमियां दे अंदर अज भी गुरु तेग बहादुर पातशाह दा लहू बलदा पिया। अज उन्हां दी शहादतां नूं नमस्कारां करन आए हां, गुरु तेग बहादुर सच्चे पातशाह जी दी कुर्बानी नूं नमस्कार करन आए हां। बेनती करां प्यारियो, गुरु ग्रंथ साहिब पातशाह दा फरमान है कि गुरु दी कुर्बानी नूं गुरु नूं असली नमस्कार तद ही होवेगी कि तुदनो नीवण मन्नण तेरा नाओ साच भेट बैसन को थाओ। के गुरु नूं केवल सीस नवाउणा असली नमस्कार नहीं, गुरु दी सिख्या नूं, गुरु दी गल नूं मनना ते गुरु दी सिख्या नूं मन च वसाउणा, इहो असली नमस्कार होवेगी। ते कहिंदे इहो सच्ची भेटा तुहानूं सचखंड रूपी दरगाह दे विच नवास बख्शा देवेगी। सो बेनती करा अज गुरु पातशाह जी दी सिख्यावां दे उत्ते पहरा देंदे होए अपने जीवन नूं बाणी दे आधार ते ढाल के, बाणी ते बाणे दे धारनी हो के गुरु कलगीधर पातशाह दे सिद्धांत नूं वध वध प्रचारीए। नौजवान पनीरी नूं गुरु पातशाह दे सिद्धांत वल तोरीए, तां जो गुरु कलगीधर पातशाह दा सिद्धांत केवल इंडिया, केवल इटली, केवल फ्रांस तक नहीं, यूएनओ तक गुरु कलगीधर दा सिद्धांत जावे। ते अंत बेनती करा प्यारियो कि अज गुरुद्वारा थड़ा साहब विखे एक बहुत वड्डा उपराला बंदे मातरम क्लब वालों किया जा रहा है, एक ब्लड कैंप लगाया गया। बेनती करा गुरु तेग बहादुर सच्चे पातशाह ने अपने शरीर की कुर्बानी दे के इस धर्म नू, इस भारत के लोगों नू खतरे दे विचों कढ़िया। बेनती करा उन्हां दी शहादत नू मुख रखदिया होया बंदे मातरम क्लब वालों ब्लड कैंप लगाया जा रहा है। जो जो माई भाई इस ब्लड कैंप दे विच सहयोग देना चाहन, ਉਹ ਵੰਦੇ ਮਾਤਰਮ ਕਲੱਬ ਦੇ ਮੈਂਬਰਾਂ ਦੇ ਨਾਲ ਸੰਪਰਕ ਕਰਕੇ ਆਪਣਾ ਸਹਿਯੋਗ ਦੇਣ ਅਤੇ ਕਿਸੇ ਦੀ ਲੋੜਵੰਦ ਦੀ ਜਾਨ ਨੂੰ ਬਚਾਉਣਾ ਕਰਨ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸ਼ਹਾਦਤ ਨੂੰ ਨਮਸਕਾਰ ਕਰਦੇ ਹੋਏ ਤਿੰਨਾਂ ਦਾ ਸਹਿਯੋਗ ਦਿਓ। ਅਤੇ ਅੰਤ ਵਿੱਚ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਵਿਸ਼ਵ ਪ੍ਰਤਾਪ ਸਿੰਘ ਹੋਣਾ ਦਾ ਬਹੁਤ ਬਹੁਤ ਧੰਨਵਾਦ ਹੈ, ਜੋ ਕਿ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਇਹ ਸਮਾਗਮ ਕਰਾਇਆ, ਤਾਂ ਜੋ ਨੌਜਵਾਨ ਪਨੀਰੀ ਨੂੰ ਜਾਗ ਲੱਗੇ ਅਤੇ ਬ੍ਰਹਮ ਗਿਆਨੀ ਬ੍ਰਹਮ ਬੇਤੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਵਿਚਰ ਰਿਹਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੌਜੂਦਾ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ, ਜੋ ਰੁਝੇਵੇਂ ਕਾਰਨ ਪਹੁੰਚ ਨਹੀਂ ਸਕੇ, ਪਰ ਉਹਨਾਂ ਵੱਲੋਂ ਉਹਨਾਂ ਦੇ ਮੁਖਤਿਆਰੇ ਸੱਜਣ ਬਾਬਾ ਜੱਸਾ ਸਿੰਘ ਜੀ ਪਹੁੰਚੇ ਹੋਏ ਨੇ, ਤਿੰਨਾਂ ਦਾ ਧੰਨਵਾਦ। ਅਤੇ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੱਚੇ ਪਾਤਸ਼ਾਹ ਦੇ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੇ ਕੀਰਤਨੀਏ ਖਾਲਸਾ ਜੀ ਕਲਯੁਗ ਮਹਿ ਕੀਰਤਨ ਪ੍ਰਧਾਨਾਂ, ਬੇਨਤੀ ਕਰਾਂ ਕਥਾ ਵਾਚਕ ਪ੍ਰਚਾਰਕਾਂ ਨੇ ਤੇ ਕੁਝ ਕੁ ਬੋਲ ਆਪਣੇ ਵੱਲੋਂ ਵੀ ਲਾਉਣੇ ਨੇ, ਪਰ ਗੁਰੂ ਕੇ ਰਾਗੀ ਸਿੰਘਾਂ ਨੇ, ਗੁਰੂ ਕੇ ਕੀਰਤਨੀਆਂ ਨੇ ਹੂ ਬ ਹੂ ਉਹੀ ਬੋਲ ਸੁਣਾਉਣੇ ਨੇ ਜੋ ਗੁਰੂ ਪਾਤਸ਼ਾਹ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰੇ ਹੋਏ ਨੇ। ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਪਹੁੰਚੇ ਨੇ। ਅਤੇ ਬੁੱਢਾ ਦਲ ਦੇ ਘੋੜਿਆਂ ਦਾ ਜਥੇਦਾਰ ਬਾਬਾ ਇੰਦਰ ਸਿੰਘ ਜੀ, ਤਿੰਨਾਂ ਦਾ ਵੀ ਧੰਨਵਾਦ। ਸਾਰੀਆਂ ਸੰਗਤਾਂ ਦਾ ਧੰਨਵਾਦ, ਬਾਬਾ ਦਲਜੀਤ ਸਿੰਘ ਜੀ ਪੰਜ ਰੱਥ ਜੀ ਜਿਨ੍ਹਾਂ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਦਲ ਚੱਲਦਾ ਹੈ, ਅਤੇ ਬਾਬਾ ਬੇਅੰਤ ਸਿੰਘ ਚੀਮਾ ਸਾਹਿਬ, ਸਭ ਦਾ ਹੀ ਧੰਨਵਾਦ। ਸਭ ਨੂੰ ਬੇਨਤੀ ਹੈ ਕਿ ਭਾਈ ਆਪਣੀ ਨੌਜਵਾਨ ਪਨੀਰੀ ਨੂੰ ਇਸ ਰਾਹ ਤੇ ਤੋਰ ਕੇ ਗੁਰੂ ਪਾਤਸ਼ਾਹ ਦੇ ਸਿਧਾਂਤ ਤੋਂ ਜਾਣੂ ਕਰਾਉਂਦੇ ਹੋਏ, ਗੁਰੂ ਪਾਤਸ਼ਾਹ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਵਧੀਆ ਐਜੂਕੇਸ਼ਨ ਲੈ ਕੇ ਬਾਣੀ ਬਾਣੇ ਦਾ ਧਾਰਨੀ ਬਣਾਈਏ ਖਾਲਸਾ ਜੀ। ਇਹ ਬੁੱਢਾ ਦਲ ਦੇ ਵਿੱਚ ਮੈਂ ਬੇਨਤੀ ਕਰਾਂ, ਅਕਾਲੀ ਫੂਲਾ ਸਿੰਘ ਜਿਹੇ ਜਥੇਦਾਰ ਹੋਏ ਨੇ ਜਿਨ੍ਹਾਂ ਨੂੰ ਅੱਜ ਕੌਮ ਲੋੜਦੀ ਹੈ ਕਿ ਜਥੇਦਾਰ ਹੋਵੇ ਅਕਾਲੀ ਫੂਲਾ ਸਿੰਘ ਜਿਹਾ, ਜਿਹਨੇ ਖਾਲਸਾ ਜੀ ਮੌਕੇ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੀ ਪਰਵਾਹ ਨਾ ਕੀਤੀ ਤੇ ਉਹਨਾਂ ਨੇ ਉਹਨਾਂ ਨੂੰ ਵੀ ਤਨਖਾਹ ਲਾ ਕੇ ਅਕਾਲ ਤਖ਼ਤ ਸਾਹਿਬ ਪੇਸ਼ੀ ਲਗਾ ਦਿੱਤੀ।
ਕੇਵਲ ਤੇ ਕੇਵਲ ਕਲਫ ਲਗਾਈ ਸੀ, ਅੱਜ ਉਹ ਜਿਹੇ ਜਥੇਦਾਰ ਪੈਦਾ ਕਰੀਏ ਆਪਣੀ ਨੌਜਵਾਨ ਪਨੀਰੀ ਦੇ ਵਿੱਚੋਂ ਜਿਹੜੇ ਗੁਰੂ ਪੰਥ ਦੇ ਸਿਧਾਂਤ ਨੂੰ ਮਨ ਚ ਵਸਾਉਣ ਤੇ ਕਿਸੇ ਦੀ ਵੀ ਪਰਵਾਹ ਨਾ ਕਰਨ। ਜਿੱਥੇ ਗੁਰੂ ਪੰਥ ਦੇ ਸਿਧਾਂਤ ਦੀ ਗੱਲ ਆਵੇ ਉੱਥੇ ਡਟ ਕੇ ਖੜ ਜਾਣ। ਆਓ ਜੀ ਅੰਤ ਗੁਰੂ ਪਾਤਸ਼ਾਹ ਨੂੰ ਧੰਨਵਾਦ ਕਰਦੇ ਹੋਏ ਨਮਸਕਾਰ ਕਰਦੇ ਹੋਏ ਕਲਗੀਧਰ ਪਾਤਸ਼ਾਹ ਦਾ ਬਖਸ਼ਿਆ ਫਤਿਹ ਦਾ ਨਾਰਾ ਬੁਲੰਦ ਕਰੀਏ। ਦੋਨੋਂ ਹੱਥ ਜੋੜ ਕੇ ਸ੍ਰੀ ਆਦਿ ਜੀ ਦਰਬਾਰ, ਸ੍ਰੀ ਦਸਮ ਜੀ ਦਰਬਾਰ, ਸ੍ਰੀ ਸਰਬਲੋ ਜੀ ਦਰਬਾਰ ਕਾ ਧਰੋ ਧਿਆਨ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਹ ਸਨ ਸਾਡੇ ਸਤਿਕਾਰਯੋਗ